ਪੰਜਾਬ 'ਚ ਲੋਕ ਸਭਾ ਚੋਣਾਂ ਲਈ ਵੋਟਾਂ 1 ਜੂਨ ਨੂੰ ਪੈਣਗੀਆਂ। ਭਾਵੇਂ ਚੋਣਾਂ ਨੂੰ ਅਜੇ ਥੋੜ੍ਹਾ ਸਮਾਂ ਬਾਕੀ ਹੈ, ਪਰ ਸੂਬੇ ਦੀ ਸਿਆਸਤ ਇਨੀ ਦਿਨੀ ਪੂਰੀ ਗਰਮਾਈ ਹੋਈ ਹੈ। ਵੱਡੇ ਵੱਡੇ ਆਗੂ ਆਪਣੀਆਂ ਪਾਰਟੀਆਂ ਛੱਡ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਹਨ। ਇੰਨਾ ਹੀ ਨਹੀਂ, 13 ਲੋਕ ਸਭਾ ਸੀਟਾਂ ਵਿੱਚੋਂ ਕੁਝ ਹਲਕੇ ਤਾਂ ਇਸ ਸਮੇਂ ਹੌਟ ਸੀਟ ਬਣ ਚੁੱਕੇ ਹਨ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਸੰਗਰੂਰ। ਕੀ ਹੈ ਇਸ ਹਲਕੇ ਦਾ ਹਾਲ, ਇੱਥੇ ਕੀ ਬਣ ਰਹੇ ਨੇ ਸਮੀਕਰਨ, ਕੌਣ ਕੌਣ ਹੈ ਉਮੀਦਵਾਰ, ਆਓ ਵੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ 'ਚ।